ਆਉਣ ਵਾਲੇ ਸਮੇਂ ਦਾ ਬੁਲਾਰਾ ਬਣ ਗਿਆ। ਉਹ ਬੁਲਾਰੇ ਤਾਂ ਪਹਿਲਾਂ ਹੀ ਬਹੁਤ ਆ ਦੱਸਿਆ। ਲਓ ਉਧਰ ਮੈਚ ਸਾਹਮਣੇ ਕਹਿੰਦੇ ਸ਼ੁਰੂ ਹੋ ਜਾਊਗਾ। ਤੋਤੇ ਵਾਲਾ ਸੰਦੀਪ ਪਹਿਲੀ ਕਬੱਡੀ ਪਾਉਣ ਦੇ ਲਈ ਕਹਿੰਦੇ ਵਧਿਆ ਹੋਇਆ ਮੈਦਾਨ ਦੇ ਵਿੱਚ। ਫੱਕਰ ਝੰਡੇ ਵਾਲੇ ਹਰਦੇਵ ਨੂੰ ਵੀ ਅੱਜ ਮੋਟਰਸਾਈਕਲ ਕਹਿੰਦੇ ਦਿੱਤਾ ਜਾਣਾ। ਆ ਇਹ ਨੌਜਵਾਨ ਗੱਭਰੂ ਕਹਿੰਦੇ ਸੰਦੀਪ ਤੋਤੇ ਵਾਲਾ ਜਿਹੜਾ ਮੈਟਰੋ ਦੀ ਖੇਡ ਕਲੱਬ ਲਈ ਖੇਡਾ ਕੈਨੇਡਾ ਦੀ ਧਰਤੀ ਦੇ ਉੱਪਰ। ਉੱਧਰ ਹਾਂਜੀ ਬੀ ਗਰਾਊਂਡ ਦੇ ਵਿੱਚ ਕਿਸੇ ਰੈਫਰੀ ਨੂੰ ਭਦੌੜ ਵਾਲੇ ਨੇ ਚਾਬੀ ਫੜਾਈ ਸੀ ਗੱਡੀ ਦੀ, ਉਹ ਜ਼ਰੂਰ ਇੱਥੇ ਪੁੱਜਦੀ ਕਰ ਦੇਵੇ। ਲਓ ਸਾਹਮਣੇ ਕਹਿੰਦੇ ਰੇਡ ਸੰਦੀਪ, ਪਰ ਆਹ ਕਹਿੰਦੇ ਨੌਜਵਾਨ ਕਬੱਡੀ ਪਾ ਰਿਹਾ। ਸਾਹਮਣੇ ਚਾਰ ਜਾਫੀ ਆ ਮੇਰੇ ਮਿੱਤਰੋ, ਖੰਨੇ ਵਾਲੇ ਨੇ ਆਖਿਆ ਵੀ ਸੰਦੀਪ ਦੀ ਚੜਾਈ ਹੈ, ਪਰ ਆਹ ਕਹਿੰਦੇ ਜੱਟ ਹੈ। ਨੌਜਵਾਨ ਕਹਿੰਦੇ ਪੱਸੀਆਂ ਵਾਲਾ। ਬਾਬਾ ਜੋਗਿੰਦਰ ਸਿੰਘ ਜੀ ਵੱਲੋਂ 200 ਦੇ ਮਾਨ ਸਨਮਾਨ ਜਿਹੜੇ ਪੱਸੀਆਂ ਵਾਲੇ ਜੱਟ ਦੇ ਲਈ ਆਏ ਹੈ, ਕਿਉਂਕਿ ਸੰਦੀਪ ਨੂੰ ਜੱਟ ਜਾਫੀ ਕਬੱਡੀ ਦੇ ਵਿੱਚ ਆਖਿਆ ਜਾਂਦਾ ਹੈ। ਜਿਵੇਂ ਪਾਲੇ ਨੂੰ ਕਲੋਜ ਫਾਈਟਰ, ਨੰਗ ਲੰਬੀਆਂ ਵਾਲੇ ਨੂੰ ਗਲੈਡੀਏਟਰ, ਐਨ ਕਹਿੰਦੇ ਦੁੱਲੇ ਨੂੰ ਲਾਟ। ਸੰਦੀਪ ਦੀ ਟੀਮ ਦਾ ਕੋਈ ਵੀ ਪਲੇਅਰ ਇੱਥੇ ਆ ਜਾਵੇ ਜੀਤਾ, ਆਪਾਂ ਵੀਰ ਆਪ ਹੀ ਦੇ ਦਈਏ ਇੱਕ ਵਾਰੀ, ਕੋਈ ਗੱਲ ਨੀ ਬਾਅਦ ਦੇ ਵਿੱਚ ਆਪਾਂ ਕਰ ਲਾਂਗੇ। ਲਓ ਸਾਹਮਣੇ ਅਗਲੀ ਰੇਡ, ਫਿਰ ਨੌਜਵਾਨ ਕਹਿੰਦੇ ਪਾਉਣ ਦੇ ਲਈ ਵਾਧਾ ਹੋਇਆ। ਬੈਂਸਾਂ ਵਾਲਾ ਨੌਜਵਾਨ ਚੰਨਾ ਕਹਿੰਦੇ ਬੈਲਜੀਅਮ ਦੇ ਵਿੱਚ ਰਹਿੰਦਾ ਪੱਕੇ ਤੌਰ ਤੇ, ਉਹ ਵੀ ਕਹਿੰਦੇ ਇੰਡੀਆ ਆਇਆ ਹੋਇਆ ਸਾਡਾ ਵੀਰ। ਹਰਦੇਵ ਜੱਫਾ ਲਾਵੇ ਦੇ 507 ਨਾਮ ਸੁਧਾਰ ਵੱਲੋਂ ਦਿੱਤਾ ਜਾਣਾ, ਸਤਨਾਮ ਸਾਡਾ ਵੀਰ ਹੈ, ਵੱਡੇ ਮਾਣ ਦਿੱਤੇ ਜਾਣਗੇ। ਅਗਲੇ ਮੈਚਾਂ ਦੇ ਲਈ ਟੀਮਾਂ ਜਿਹੜੀਆਂ ਗਰਾਊਂਡ ਦੇ ਵਿੱਚ ਜਲਦੀ ਆ ਜਾਣ, ਮੈਂ ਬੇਨਤੀ ਕਰਦਾ ਜਲਦੀ ਤੋਂ ਜਲਦੀ। ਜਨੇਤਪੁਰਾ ਦੇ ਜੋਗੇਵਾਲ, ਜਨੇਤਪੁਰਾ ਦੇ ਜੋਗੇਵਾਲ, ਸਰਾਵਾਂ ਤੇ ਮਾਉਂਟ ਨਾਭਾ ਬੀ, ਜਨੇਤਪੁਰਾ ਦੇ ਜੋਗੇਵਾਲ ਨੂੰ ਮੇਰੀ ਬੇਨਤੀ ਹੈ ਵੀ ਉਹ ਟੀਮਾਂ ਜਲਦੀ ਗਰਾਊਂਡ ਦੇ ਵਿੱਚ ਪੁੱਜਣ। ਜਨੇਤਪੁਰਾ ਦੇ ਜੋਗੇਵਾਲ ਟੀਮਾਂ ਗਰਾਊਂਡ ਦੇ ਵਿੱਚ ਜਲਦੀ ਆ ਜਾਣ। ਲਓ ਫੱਕਰ ਝੰਡੇ ਵਾਲੇ ਕਹਿੰਦੇ ਹਰਜੀਤ ਦੀ ਸਾਹਮਣੇ ਰੇਡ ਪਈ ਹੋਈ ਹੈ। ਆਹ ਨੌਜਵਾਨ ਗੱਭਰੂ ਦਾ ਕਹਿੰਦੇ ਬਾੜੇ ਵਾਲ ਪਿੰਡ ਤੇ ਗੁਰੀ ਦੇ ਨਾਂ ਦੇ ਨਾਲ ਜਾਣਿਆ ਜਾਂਦਾ, ਪਰ ਫੱਕਰ ਝੰਡੇ ਦੀ ਟੀਮ ਇਸੇ ਪੁਆਇੰਟ ਦਾ ਵਾਧਾ ਹੁੰਦਾ ਹੋਇਆ। ਫੋਟੋਗ੍ਰਾਫਰ ਨੂੰ ਬੇਨਤੀ ਹੈ ਵੀ ਜ਼ਰੂਰ ਸਟੇਜ ਦੇ ਉੱਤੇ ਆ ਜਾਵੇ ਫੋਟੋਗ੍ਰਾਫਰ। ਦੀਪਾ ਸਰਪੰਚ ਜੀ ਵੀ ਆਏ ਹੋਏ ਆ, ਕਹਿੰਦੇ ਕੁੱਲੇ ਵਾਲ ਦੀ ਧਰਤੀ ਤੋਂ ਵੱਡਾ ਮੇਲਾ ਕਰਵਾਇਆ ਸੀ, ਆ ਦੁਨੀਆਂ ਨੂੰ ਚੇਤੇ ਹੈ। ਦੀਪਾ ਸਰਪੰਚ ਕੁੱਲੇ ਵਾਲ ਦੇ ਇੱਕ ਵਾਰੀ ਬਹੁਤ ਵੱਡਾ ਧੰਨਵਾਦ ਉੱਥੇ ਪੁੱਜਣ ਦੇ ਲਈ। ਲਓ ਹਰਦੇਵ ਹੈ ਕਹਿੰਦੇ ਫੱਕਰ ਝੰਡੇ ਵਾਲਾ, ਕੈਨੇਡਾ ਵਿੱਚ ਲੀਗ ਹੋਈ ਤੇ ਆ ਜਾਫੀ ਕਹਿੰਦੇ ਲੀਗ ਦਾ ਬੈਟ ਜਾਫੀ ਰਿਹਾ। ਹਰਦੇਵ ਫੱਕਰ ਝੰਡੇ ਵਾਲਾ ਜੱਫਾ ਲਾ ਕੇ ਨੰਬਰ ਜੋੜ ਰੱਖਿਆ ਆਪਣੀ ਟੀਮ ਦੇ ਲਈ। ਹਰਦੇਵ ਫੱਕਰ ਝੰਡੇ ਵਾਲਾ ਤਕੜਾ ਜੱਫਾ ਲਾ ਗਿਆ ਆਪਣੀ ਟੀਮ ਦੇ ਲਈ। ਫੱਕਰ ਝੰਡਾ ਕਹਿੰਦੇ ਫੱਕਰਾਂ ਦੀ ਤੇ ਗੁਰੂਆਂ ਦੀ ਧਰਤੀ ਹੈ, ਫੱਕਰ ਝੰਡਾ ਪਿੰਡ ਫੱਕਰਾਂ ਦੇ ਗੁਰੂਆਂ ਦੀ ਧਰਤੀ ਹੈ। ਬਾਬਾ ਵਲੈਸ਼ਾ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਸਵਾਗਤ ਕੀਤਾ ਸੀ ਉਹ ਧਰਤੀ ਤੇ। ਬਾਬਾ ਵਲੈਤ ਸ਼ਾਹ ਹੋਣੀ ਕਹਿੰਦੇ ਪੰਜ ਭਰਾ ਭਲਵਾਨੀ ਕਰਦੇ ਸਨ ਤੇ ਭਲਵਾਨੀ ਦੇ ਵਿੱਚ ਜਾ ਕੇ ਜਿੱਥੇ ਝੰਡਾ ਗੱਡ ਦਿੰਦੇ ਸਨ ਤੇ ਦੁਨੀਆਂ ਦੇ ਵਿੱਚ ਗੱਲਾਂ ਹੁੰਦੀਆਂ ਸਨ, ਉੱਥੋਂ ਕਹਿੰਦੇ ਝੰਡਾ ਕਾਲਾ ਪਿੰਡ ਪੈ ਗਿਆ ਸੀਗਾ। ਫਿਰ ਫੱਕਰ ਨੇ ਗੁਰੂ ਦੇ ਚਰਨਾਂ 'ਚ ਜਗ੍ਹਾ ਮੰਗੀ, ਉੱਥੋਂ ਫੱਕਰ ਝੰਡਾ ਬਣ ਗਿਆ ਝੰਡਾ ਕਾਲਾ ਤੋਂ। ਇਤਿਹਾਸ ਕਹਿੰਦੇ ਲੰਮਾ ਚੌੜਾ ਹੈ। ਇੱਧਰ ਕਬੱਡੀ ਪੈ ਰਹੀ ਹੈ, ਫੱਕਰ ਝੰਡੇ ਵਾਲਿਆ ਹੈ, ਸਤਨਾਮ ਦਾ 500 ਆ ਗਿਆ। ਲਓ ਜੱਟ ਹੈ ਪੱਸੀਆਂ ਵਾਲਾ, ਜੱਟ ਜਾਫੀ ਹੈ, ਵੱਡੇ ਟਰਾਲਿਆਂ ਮੂਹਰੇ ਲਿਖਿਆ ਹੁੰਦਾ ਕਿ ਜੱਟ ਅੱਕਿਆ ਵੀ ਮਾੜਾ ਤੇ ਜੱਟ ਡੱਕਿਆ ਵੀ ਮਾੜਾ। ਲਓ ਕਹਿੰਦੇ ਸ਼ਿਕੰਬਰ ਇਹ ਮਾੜੀ ਵਾਲਾ ਹੈ, ਇਹ ਉਹ ਨਹੀਂ ਜਿਹੜਾ ਦੁਨੀਆ ਜਿੱਤਣ ਤੁਰਿਆ ਸੀਗਾ, ਉਹ ਨਹੀਂ ਜਿਹੜਾ ਦੁਨੀਆ ਜਿੱਤਣ ਤੁਰਿਆ ਸੀਗਾ। ਜੀਤੇ ਵੀਰ ਵੱਲੋਂ ਵੱਡੇ ਮਾਣ, ਜੀਤਾ ਆਸਟ੍ਰੇਲੀਆ, ਵੱਡੇ ਮਾਣ, ਇਹਨਾਂ ਬੋਲਾਂ ਤੋਂ ਖੁਸ਼ ਹੋ ਕੇ ਸਾਡੇ ਵੀਰ ਨੇ ਭੇਜੇ, ਮੈਂ ਧੰਨਵਾਦ ਕਰਾਂਗਾ। ਸ਼ਿਕੰਬਰ ਕਹਿੰਦੇ ਵਾਪਸ ਆ ਗਿਆ। ਬਾਬਾ ਹਰਨੇਕ ਸਿੰਘ ਜੀ, ਸ਼ਿਕੰਬਰ ਨੇ ਦੁਨੀਆ ਜਿੱਤੀ ਹੈ। ਬਾਬਾ ਜੀ ਚੱਕਰਾਂ 'ਚ ਪੈ ਗਏ। ਮੈਂ ਬਾਬਾ ਹਰਨੇਕ ਸਿੰਘ ਨੂੰ ਪੁੱਛਿਆ ਵੀ ਸਿਕੰਦਰ ਨੇ ਦੁਨੀਆ ਜਿੱਤੀ ਹੈ, ਕਹਿੰਦਾ ਹਾਂ ਅਮਰੀਕ ਜਿੱਤੀ ਹੈ। ਪਰ ਮੈਂ ਆਖਿਆ ਵੀ ਜੇਲ੍ਹ ਤੋਂ ਵਾਪਸ ਕਾਹਤੋਂ ਮੁੜ ਗਿਆ ਸੀਗਾ ਜਦੋਂ ਪੋਰਸ ਨੇ ਬਥਾੜੇ ਭੰਨੇ ਨਾਲ ਗੱਲਾਂ ਹੋਈਆਂ। ਇਤਿਹਾਸ ਉਹ ਵੀ ਮੁੰਡੇ ਪੜ੍ਹੇ ਲਿਖੇ ਜਾਣਦੇ ਆ। ਇੱਧਰ ਕਹਿੰਦੇ ਐਨ ਸਰਾਵਾਂ ਵਾਲਾ, ਪਰ ਇਹ ਕੌਣ ਹੈ? ਲੱਖੇ ਦਾ ਭੁਲੇਖਾ ਪੈਂਦਾ ਹੈ। ਪਰ ਨੌਜਵਾਨ ਕਹਿੰਦੇ ਫੱਕਰ ਝੰਡੇ ਵਾਲਾ। ਬਾਬਾ ਜੋਗਿੰਦਰ ਸਿੰਘ ਜੀ ਵੱਲੋਂ ਜਾਫੀ ਰੇਡਰ ਦੇ ਲਈ ਦੇਵਾਂਗੇ ਆਪਾਂ, ਕਿਉਂਕਿ ਪੁਆਇੰਟ ਲੈ ਕੇ ਆਇਆ। ਸ਼ੇਰ ਦੇ ਜ਼ੁਬਾਨਾਂ ਚੋਂ ਮਾਸ ਕੱਢਣਾ ਸੌਖਾ ਨਹੀਂ ਹੁੰਦਾ। ਰੇਡਰ ਦੇ ਲਈ ਵੱਡੇ ਮਾਣ ਬਾਬਾ ਜੋਗਿੰਦਰ ਸਿੰਘ ਜੀ ਨੇ ਭੇਜੇ ਆ। ਹੈਰੀ ਪੱਲ ਕਹਿੰਦਾ ਵੀ ਜਾਂਗਪੁਰ ਦੇ ਮੇਲੇ ਦੇ 6 ਟੀਮਾਂ ਮੇਰੀਆਂ ਖੇਡਣਗੀਆਂ, ਜਿਨ੍ਹਾਂ ਤੇ ਸੰਦੀਪ ਹੋਣੀ ਹੱਥ ਰੱਖਣਗੇ ਉਹ 6 ਟੀਮਾਂ ਖੇਡਣਗੀਆਂ। ਮੈਚ ਸਮਾਪਤ ਹੈ, ਇਹਦੇ ਵਿੱਚੋਂ ਟੀਮ ਫੱਕਰ ਝੰਡੇ ਦੀ ਜੇਤੂ ਰਹੀ ਹੈ। ਹਰਦੇਵ ਤੇਰਾ 500 ਰੁਪਇਆ ਮੇਰੇ ਕੋਲੇ ਹੈ। ਹਰਦੇਵ ਨੇ ਵੀ ਕਹਿੰਦੇ ਬੜੇ ਮਾੜੇ ਦਿਨ ਦੇਖੇ ਆ, ਪਰ ਕਹਿੰਦੇ ਅੱਜ ਪ੍ਰਮਾਤਮਾ ਦੀ ਕਿਰਪਾ ਹੈ, ਅੱਜ ਮੁੰਡੇ ਦੀ ਕਹਿੰਦੇ ਬੜੀ ਚੜ੍ਹਾਈ ਹੈ। ਅਗਲੇ ਮੈਚ ਦੀਆਂ ਟੀਮਾਂ ਆਓ ਜੀ। ਜਨੇਤਪੁਰਾ ਦੇ ਜੋਗੇਵਾਲ, ਬੱਬੂ ਜਨੇਤਪੁਰੇ ਦਾ ਜੋਗੇਵਾਲ ਦਾ ਮੈਚ ਬਾਜੀ ਵਾ। ਜਨੇਤਪੁਰਾ ਦੇ ਜੋਗੇਵਾਲ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ। ਮੇਜਰ ਹਿੰਦੁਸਤਾਨੀ ਵੀ ਕਹਿੰਦੇ ਆਇਆ ਹੋਇਆ ਅੱਜ ਦੇ ਕੱਪ ਦੇ ਉੱਪਰ, ਮੇਜਰ ਦੀ ਖੇਡ ਦੇ ਕੰਮ
ਮੇਜਰ ਹਿੰਦੁਸਤਾਨੀ ਬੁਲਟ ਦੇ ਪ੍ਰਹਿਣ ਕਹਿੰਦੇ ਇੱਕ ਰੱਦ ਕਰਕੇ ਦਿਖਾਵੇਗਾ ਜਿੱਥੋਂ ਸੱਦਾ ਪੱਤਰ ਹੁੰਦਾ ਉਹ ਕੱਪ ਤੇ ਪੁੱਜਦਾ ਕਹਿੰਦੇ ਮੇਜਰ ਹਿੰਦੁਸਤਾਨੀ ਬੜਾ ਧੰਨਵਾਦ ਹੈ ਪੰਜਾਬ ਪੁਲਿਸ ਵਿੱਚ ਕਹਿੰਦੇ ਵੱਡੀਆਂ ਸੇਵਾਵਾਂ ਨੇ ਮੇਜਰ ਹਿੰਦੁਸਤਾਨੀ ਦੀਆਂ।